ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਜੀ, ਜੋ ਇਸ ਸਮੇਂ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਸਾਡੇ ਪਹਿਲਾਂ ਗੁਰੂ ਸਾਹਿਬਾਨ 'ਤੇ ਹਮਲਾ ਹੋਇਆ ਅਤੇ ਹੁਣ ਗੁਰੂ ਦੇ ਜਿਹੜਾ ਪ੍ਰਚਾਰ ਕਰਦੇ ਪਏ ਨੇ ਉਹ ਸੇਫ ਨਹੀਂ ਹੈ, ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਮੇਰੇ ਮੁਤਾਬਕ ਜੋ ਹੈ ਬੜਾ ਗੰਭੀਰ ਅਤੇ ਚਿੰਤਾ ਵਾਲਾ ਮਾਮਲਾ ਹੈ ਜੀ। ਇੱਥੋਂ ਤੱਕ ਕਿ ਐਡੇ ਵੱਡੇ ਵਿਦਵਾਨ ਅਤੇ ਸਿੱਖ ਪ੍ਰਚਾਰਕ ਅਤੇ ਸਿੱਖੀ ਦਾ ਪ੍ਰਚਾਰ ਕਰਨ ਜਾਂਦਿਆਂ ਅੰਨੇਵਾਹ ਫਾਇਰਿੰਗ ਕਰਨਾ, ਇਹ ਤਾਂ ਵੈਸ਼ੀਆਂ ਲੋਕਾਂ ਦਾ ਕੰਮ ਹੈ ਜੀ। ਜਿਹੜਾ ਅਸਲੀ ਸਿੱਖ ਹੈ ਉਹ ਇਹ ਕੁਛ ਨਹੀਂ ਕਰ ਸਕਦਾ। ਇਹ ਮਾੜੇ ਲੋਕ ਨੇ, ਮਾੜੇ ਅਨਸਰ ਨੇ, ਅਤੇ ਸੰਗਤ ਇਹਨਾਂ ਨੂੰ ਸਜ਼ਾ ਦੇਊਗੀ। ਸਹੀ ਮਨ ਦੇ ਵਿੱਚ ਜੇ ਦੇਖਿਆ ਜਾਵੇ ਨਾ, ਪੰਜਾਬ ਦਾ ਬੱਚਾ ਬੱਚਾ ਇਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਹਮਲਾ ਕੀਤਾ ਹੈ, ਉਹਨਾਂ 'ਤੇ ਔਖਾ ਵੀ ਹੈ, ਦੁਖੀ ਵੀ ਹੈ, ਗੁੱਸੇ 'ਚ ਵੀ ਹੈ, ਹਾਲਾਤ ਚੰਗੇ ਨਹੀਂ। ਅਤੇ ਕਿਤੇ ਨਾ ਕਿਤੇ ਇਹ ਨਹੀਂ ਚਾਹੀਦਾ ਕਿ ਜਲਦੀ ਤੋਂ ਜਲਦੀ ਉਹ ਗੁਨਾਹਗਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਆਉਣ, ਤਾਂ ਕਿ ਸੰਗਤ ਦੇ ਮਨ ਨੂੰ ਵੀ ਸ਼ਾਂਤੀ ਮਿਲੇ ਕਿ ਹਾਂ ਕਿ ਜਿਹਨਾਂ ਨੇ ਇਹ ਅਪਰਾਧ ਕੀਤਾ ਹੈ ਉਹ ਗ੍ਰਿਫਤ 'ਚ ਨੇ। ਦੇਖੋ ਜੀ, ਜੇ ਦੇਖਿਆ ਜਾਵੇ ਨਾ, ਜਿਹੜੇ ਪਿੰਡਾਂ ਦੇ ਵਿੱਚ ਲੋਕ ਖੁੰਡਾਂ 'ਤੇ ਬੈਠੇ ਨੇ, ਸੱਥਾਂ 'ਚ ਬੈਠੇ ਨੇ, ਆਮ ਬਿਲਕੁਲ ਆਮ ਦੂਰ ਦੁਰਾਡੇ ਪਿੰਡਾਂ ਦੇ ਵਿੱਚ ਬੈਠੇ ਨਾ, ਉਹਨਾਂ ਲੋਕਾਂ ਨੂੰ ਅਸਲੀਅਤ ਦਾ ਪੂਰਾ ਪਤਾ ਹੈ ਜੀ। ਉਹਨਾਂ ਲੋਕਾਂ ਨੂੰ ਪਤਾ ਵੀ ਉਹ ਬੰਦੇ ਕੌਣ ਸੀਗੇ, ਉਹਨਾਂ ਦਾ ਮਨਸੂਬਾ ਕੀ ਸੀਗਾ। ਲੇਕਿਨ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਵੀ ਕਿ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਪੂਰਾ ਸਰਕਾਰ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਲੈ ਕੇ ਆਉਣ ਵੀ ਹਾਂ ਇਹ ਬੰਦੇ ਮਾੜਿਆਂ ਨੇ ਇਹ ਕੰਮ ਕੀਤਾ ਹੈਗਾ, ਅਤੇ ਤਾਂ ਕਿ ਕਿਸੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੌਸਲਾ ਨਾ ਪਵੇ ਕੁਛ ਕਰਨ ਦਾ। ਅਤੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਉਹ ਜਦੋਂ ਅਮਨ ਸ਼ਾਂਤੀ ਘੁੱਗ ਵੱਸਦੇ ਨੇ, ਇਹਨਾਂ ਲੋਕਾਂ ਨੇ ਤਾਂ ਲਾਂਬੂ ਲਾਉਣ ਦਾ ਯਤਨ ਕੀਤਾ ਹੈ, ਉਹ ਅਮਨ ਅਮਾਨ ਜ਼ਰੂਰ ਬਣਾਈ ਰੱਖਣ। ਤੁਹਾਡੀ ਬਾਬਾ ਜੀ ਨਾਲ ਹੁਣੇ ਗੱਲਬਾਤ ਹੋ ਰਹੀ ਸੀ, ਅਤੇ ਬਾਬਾ ਜੀ ਨੇ ਵੀ ਆਪ ਜੀ ਨੂੰ ਇਹ ਭਰੋਸਾ ਦਵਾਇਆ ਕਿ ਸਾਡੇ ਵੱਲੋਂ ਸ਼ਾਂਤੀ ਹੈ ਬਿਲਕੁਲ, ਸੰਗਤ ਨੂੰ ਉਹ ਕੀ ਕਹਿ ਰਹੇ ਨੇ? ਬਾਬਾ ਜੀ ਨੇ ਤਾਂ ਜੇ ਉਹੀ ਕਿਹਾ, ਪਹਿਲਾਂ ਵੀ ਕਿਹਾ, ਉਹਨਾਂ ਦਾ ਆ ਰਿਹਾ ਮਤਲਬ ਕਿ ਜਿਹੜਾ ਮੀਡੀਆ ਦੇ ਉੱਤੇ, ਅੱਜ ਵੀ ਉਹਨਾਂ ਨੇ ਕਿਹਾ ਵੀ ਆਪਾਂ ਸ਼ਾਂਤ ਰਹਿਣਾ ਹੈ, ਹਾਲੇ ਆਪਾਂ ਨੇ ਕੋਈ ਗੱਲ ਨਹੀਂ ਕਰਨੀ। ਲੇਕਿਨ ਅਸੀਂ ਤਾਂ ਬਾਬਾ ਜੀ ਨਾਲ ਹਮਦਰਦੀ ਪ੍ਰਗਟ ਕਰਕੇ ਆਏ ਅਤੇ ਕਹਿ ਕੇ ਵੀ ਆਏ ਹਾਂ ਵੀ ਬਾਬਾ ਜੀ, ਜੇ ਅਸੀਂ ਤੁਹਾਡੇ ਨਾਲ ਖੜਾਂਗੇ, ਕਿਉਂਕਿ ਮਾੜੇ ਅਨਸਰਾਂ ਦੇ ਖਿਲਾਫ਼ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਜੀ ਫਿਰ ਪੰਜਾਬ ਬਰਬਾਦ ਹੀ ਹੋਜੂਗਾ। ਬਾਬਾ ਜੀ ਵੱਲੋਂ ਤਾਂ ਜੇ ਸ਼ਾਂਤੀ ਦੀ ਅਪੀਲ ਹੈ, ਲੋਕ ਵੀ ਚਾਹੁੰਦੇ ਨੇ ਸ਼ਾਂਤੀ ਰਹੇ, ਸਾਰੇ ਚਾਹੁੰਦੇ ਆ ਮਾਲਕ ਪਰਮਾਤਮਾ। ਦੇਖੋ, ਵਾਹਿਗੁਰੂ ਨੇ ਬਾਬਾ ਜੀ ਨੂੰ ਭਜਨ ਕਰਦਿਆਂ ਨੂੰ ਕਿੰਨੇ ਪ੍ਰਾਣੀਆਂ ਨੂੰ ਇਹਨਾਂ ਨੇ ਅੰਮ੍ਰਿਤ ਛਕਾਇਆ, ਅਜੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਨਾਮ ਗੁਰੂ ਦੇ ਲੜ ਲਾਉਣਾ ਹੈ, ਤਾਂ ਬਾਬਾ ਜੀ ਦੀ ਜਾਨ ਬਚ ਰਹੀ ਨਹੀਂ, ਉਹਨਾਂ ਵੱਲੋਂ ਤਾਂ ਕੋਈ ਕਸਰ ਨਹੀਂ ਸੀ। ਕਿਤੇ ਨਾ ਕਿਤੇ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਜਿਹੜੇ ਸਿੱਖ ਨੌਜਵਾਨ ਬੱਚੇ ਨੇ ਜਿਹੜੇ ਪੱਤ 'ਤੇ ਵੀ ਹੋ ਗਏ ਸੀ ਉਹ ਮੁੜ ਸਿੱਖੀ ਵੱਲ ਆ ਰਹੇ ਨੇ, ਅਤੇ ਕਿਤੇ ਇਸ ਦੇ ਉੱਤੇ ਵੀ ਹਮਲਾ ਤਾਂ ਨਹੀਂ ਸਮਝਦੇ ਤੁਸੀਂ ਇਸ ਗੱਲੋਂ? ਦੇਖੋ ਜੀ, ਜੇ ਬਾਬਾ ਜੀ 'ਤੇ ਹਮਲਾ ਹੋਇਆ ਹੈ, ਇਹ ਸਮੁੱਚੀ ਸਿੱਖ ਕੌਮ 'ਤੇ ਹਮਲਾ ਹੋਇਆ, ਸਿੱਖੀ 'ਤੇ ਹਮਲਾ ਹੋਇਆ, ਮੈਂ ਤਾਂ ਜੇ ਜ਼ਿਆਦਾ ਕਹੂੰਗੇ ਸਖ਼ਤ ਲਫ਼ਜ਼ ਨੇ ਕਿ ਜਿਹੜੇ ਲੋਕਾਂ ਨੇ ਕੀਤਾ ਹੈ ਉਹ ਤਾਂ ਸਿੱਖ ਖਵਾਉਣ ਦੇ ਹੱਕਦਾਰ ਹੀ ਹੈ ਨਹੀਂ। ਅਤੇ ਜੇ ਸੋਚਿਆ ਜਾਵੇ ਜਿਨ੍ਹਾਂ ਜਿਹੜੇ ਇਹਨਾਂ ਪਿੱਛੇ ਜੋ ਕੋਈ ਹੈ ਉਹ ਵੀ ਆਪਣੇ ਆਪ ਨੂੰ ਇਹ ਚਾਹੇ ਵੀ ਮੈਂ ਸਿੱਖਾਂ ਦੇ ਵਿੱਚੋਂ ਕੋਈ ਸਤਿਕਾਰ ਲੈ ਲੂੰਗਾ, ਨਹੀਂ ਮਿਲਣਾ, ਲੋਕਾਂ ਨੇ ਸੰਗਤ ਨੇ ਉਹਨਾਂ ਨੂੰ ਮਾਫ਼ ਨਹੀਂ ਕਰਨਾ, ਮਾਲਕ ਨੇ ਪਰਮਾਤਮਾ ਨੇ ਵੀ ਮਾਫ਼ ਨਹੀਂ ਕਰਨਾ। ਵੀਰ ਜੀ, ਇੱਕ ਸਾਡੀ ਪਰੰਪਰਾ ਹੋਰ ਇੱਥੇ ਖਤਮ ਹੋਣ ਦੇ ਕਗਾਰ 'ਤੇ ਆ ਗਈ, ਜਿੱਦਾਂ ਅਸੀਂ ਲੰਗਰ ਲਾਉਂਦੇ ਸੀ ਅਤੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਸੀ ਕਿ ਹਾਂ ਇਹ ਸਿੱਖਾਂ ਨੇ ਲੰਗਰ ਲਾਇਆ, ਉੱਥੇ ਵੀ ਸ਼ੱਕ ਪੈਦਾ ਹੋ ਗਿਆ? ਦੇਖੋ, ਮੈਨੂੰ ਕੱਲ੍ਹ ਹੀ ਇੱਕ ਗੱਲ ਆਈ, ਕਿਸੇ ਬੰਦੇ ਨੇ ਆਮ ਤੂਕ ਮਾਤਰ ਗੱਲ ਕਰੀ ਕਿ ਜੀ ਛਬੀਲਾਂ 'ਤੇ ਹੁਣ ਕਿਵੇਂ ਲੋਕ ਖੜਿਆ ਕਰਨਗੇ, ਲੰਗਰਾਂ ਦੇ ਵਿੱਚ ਲੋਕ ਹੁਣ ਕਿਵੇਂ ਖੜਿਆ ਕਰਨਗੇ, ਕੁਐਸਚਨ ਹੈ। ਇਸ ਮਰਿਆਦਾ ਨੂੰ ਵੀ ਠੇਸ ਪਹੁੰਚੀ ਹੈ, ਜੋ ਗੁਰੂ ਸਾਹਿਬ ਦੀ ਤੋਰੀ ਹੋਈ ਮਰਿਆਦਾ ਬਹੁਤ ਵੱਡੀ, ਜਿੱਥੇ ਦੁਨੀਆਂ ਦੇ ਵਿੱਚ ਧਾਕ ਸੀ ਕਿ ਸਿੱਖ ਸੰਗਤ ਲੰਗਰ ਲਾਉਂਦੀ ਹੈ, ਛਬੀਲਾਂ ਲਾਉਂਦੀ ਹੈ, ਅਤੇ ਉਸ 'ਤੇ ਜਿਹੜਾ ਹੈਗਾ ਪ੍ਰਸ਼ਨ ਚਿੰਨ੍ਹ ਉੱਠਿਆ। ਲੇਕਿਨ ਨਹੀਂ, ਇਹ ਸੰਗਤ ਨੇ ਉਹਨਾਂ ਲੋਕਾਂ ਨੂੰ ਨਕਾਰ ਦੇਣਾ ਜਿਹੜੇ ਕੁਛ ਕਰਦੇ ਨੇ, ਇਹ ਛਬੀਲਾਂ ਲੰਗਰ ਇਸੇ ਤਰ੍ਹਾਂ ਮਾਲਕ ਦੀ ਕਿਰਪਾ ਨਾਲ ਚੱਲਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ